जब सेहत की बात होगी तो पुखराज एलोवेरा से शुरुआत होगी। शुद्ध एलोवेरा से बना पुखराज एलोवेरा जूस जो इम्यूनिटी बढ़ाए और आपको रखे फिट। मिल गया ना अच्छी सेहत का राज पुखराज। ਪਹਿਲਾਂ ਤਾਂ ਅੰਗਰੇਜ਼ੀ ਅਖਬਾਰ ਨੂੰ ਦੇਖ ਕੇ ਵੀ ਲੱਗਦਾ ਸੀ ਡਰ, ਪਰ ਹੁਣ ਤਾਂ ਆਪਾਂ ਪੜ੍ਹੀਦਾ ਅੰਗਰੇਜ਼ੀ ਅਖਬਾਰ ਨਜ਼ਾਰੇ ਨਾਲ, ਕਿਉਂਕਿ ਬ੍ਰਿਲਸ ਐਕਸਪ੍ਰੈਸ ਨੇ ਬਣਾ ਦਿੱਤਾ ਹੈ ਅੰਗਰੇਜ਼ੀ ਅਖਬਾਰ ਨੂੰ ਪੜ੍ਹਨਾ ਬਹੁਤ ਹੀ ਆਸਾਨ। ਬ੍ਰਿਲਸ ਐਕਸਪ੍ਰੈਸ ਦੁਨੀਆ ਦਾ ਪਹਿਲਾ ਐਸਾ ਅਖਬਾਰ ਜਿਸ ਵਿੱਚ ਹਰੇਕ ਖਬਰ ਦੇ ਨਾਲ ਛਪਦੀ ਹੈ ਉਸਦੀ ਹਿੰਦੀ ਟ੍ਰਾਂਸਲੇਸ਼ਨ। ਬ੍ਰਿਲਸ ਐਕਸਪ੍ਰੈਸ, ਪੜ੍ਹੋ ਅੰਗਰੇਜ਼ੀ ਖਬਰਾਂ ਹਿੰਦੀ ਟ੍ਰਾਂਸਲੇਸ਼ਨ ਦੇ ਨਾਲ। Brills Institute, a pioneer institute in the region for IELTS and English speaking. Brills Institute has carved a niche for itself with the help of state-of-the-art infrastructure and the best faculty. Brills Institute has shown remarkable results. Brills Institute has been frequently awarded by the British Council and the IDP as business partner. Brills Institute has a dedicated dream to serve the student fraternity for times to come. Brills Institute, opposite street number 11, Ajit Road, Bathinda. Brills Institute, New Leela Pavan, Patiala. English akhbar padhna humko na aata, English akhbar padhna sabko sikhata, pigeon kabutar udan phalai, look dekho aasman sakai, English ki hai एक्सप्रेस, इंग्लिश की हर खबर हिंदी ट्रांसलेशन के साथ। मस्ती कैंपस दी। ਕੈਂਪਸ ਦੀ ਪਟਿਆਲੇ ਚ ਤਾਂ ਨੀ ਇੰਨੀ ਹੈਗੀ ਹਜੇ, ਠੀਕ ਹੈ। ਬਾਲੇ ਲੁਧਿਆਣੇ ਵੱਲ ਹੋ ਰਹੀ ਹੈ ਉੱਧਰ, ਜਿਵੇਂ ਹੜ੍ਹ ਵਾਲੇ ਮੌਸਮ ਹੋਇਆ ਜ਼ਿਆਦਾ। ਗਰਮੀ ਘੱਟ ਹੈ ਬੜਿਆ, ਬਠਿੰਡੇ 'ਚ ਬਾਹਲੀ ਗਰਮੀ ਹੈ, ਜ਼ਿਆਦਾ ਗਰਮੀ। ਮੈਂ ਬਠਿੰਡੇ ਜਾ ਕੇ ਰਾਸਤਾ ਜਾ ਕੇ, ਰਾਸਤਾ ਨਾ ਜੇ ਘੱਟ ਹੈ ਬਠਿੰਡੇ ਨਾਲੋਂ ਜ਼ਿਆਦਾ, ਬਠਿੰਡੇ ਜ਼ਿਆਦਾ, ਬਠਿੰਡੇ ਜ਼ਿਆਦਾ। ਰਾਸਤਾ 'ਚ ਮੀਂਹ ਪੈ ਰਿਹਾ ਸੀ ਉਦਣ ਜਿੱਦਣ ਮੈਂ ਕਿਹਾ, ਤੂੰ ਗਿਆ ਸੀ ਉੱਥੇ ਤਿੰਨ ਦਿਨ ਦਾ ਜਾ ਕੇ ਨਾ ਮੈਂ ਇੰਨਾ ਬੰਦਾ ਨਹੀਂ, ਸ਼ੌਂਕ ਜਰਨਲਿਜ਼ਮ ਬੰਦਾ ਜਿਹੜੇ ਹੜਾ ਜਿੱਦਾਂ ਕਿ ਆਪਾਂ ਦੇਖ ਰਹੇ ਹਾਂ ਕਿ ਪੰਜਾਬ 'ਚ ਬੜੇ ਹੜ੍ਹ ਵਾਲੇ ਮੌਸਮ ਆਏ ਪਏ ਨੇ, ਪਰ ਪਟਿਆਲਾ ਜਦ ਕਿ ਠੀਕ ਹੈ, ਫਿਰ ਵੀ ਦੂਜੇ ਵਾਲਿਆਂ ਨੂੰ ਮੈਂ ਇਹ ਕਹਿਣਾ ਚਾਹਾਂਗਾ ਕਿ ਨਾ ਵੀ ਆਪਣਾ ਤਿਆਰੀ ਰੱਖੋ, ਆਪਦਾ ਸਾਮ ਸਮੂਨ ਸਮੇਟ ਕੇ ਰੱਖੋ, ਜਿਵੇਂ ਇੱਕਦਮ ਹੜ੍ਹ ਆ ਗਿਆ ਉਹਦਾ ਨਾ ਜਿਹੜੇ ਪ੍ਰੂਫ ਰਾਮ ਨੇ ਸਾਰੇ ਪੈਸਾ ਧੇਲਾ ਹੁੰਦਾ ਨਾ ਸਾਫ਼ ਕੇ ਰੱਖਾ, ਕਿਤੇ ਹੋਰ ਬਾਅਦ 'ਚ ਰੋਈ ਜਾਓ ਐਵੇਂ, ਹੈ ਨਾ ਵੀ ਆਪਦਾ ਸਾਂਭ ਕੇ ਰੱਖੋ ਅਤੇ ਆਪਦਾ ਨਾਂ ਦੇ ਨਾਲ ਰੋ ਜਾਓ ਬਈ। ਥੈਂਕ ਯੂ ਸੋ ਮਚ, ਪੜ੍ਹੀ ਲੈਣਾ ਜੀ, ਮਤਲਬ ਜਦ ਬਹਿ ਜਾਣਾ ਹੋਣਾ ਪੜ੍ਹ ਲੈਣਾ,
ਖੜਾ ਵੀ ਪੜੋ ਮੈਂ ਕੀ ਕਰਾਂ ਹੁਣ ਬੈ ਕੇ ਖੜਾ ਕੇ ਕਲਾਸ ਹੀ ਪੜਨਾ ਮੇਰੇ ਪਿੱਛੇ ਖੜੋ ਖੜਾ ਹਾਈ ਹੁਣ ਬੈ ਕੇ ਸਾਜਾਂ ਬਈ ਬੈ ਕੇ ਆ ਗਿਆ ਪਰਫਾਰਮ ਕਰੇ ਮਸ਼ੀਨ ਹੈ ਫੋਮੀ ਦੇਖ ਲਈ ਗਾਣਾ ਇਧਰੋਂ ਇਧਰੋਂ ਆਈ ਹੈ ਫਰੈਸ਼ ਗਾਣੇ ਦੀ ਠੀਕ ਹੈ ਹੋਏ ਅੱਖੀਆਂ ਨੂੰ ਜਗਰਾਤੇ ਦੇਗੀ ਹੋ ਖੁਸ਼ੀਆਂ ਮੇਰੀਆਂ ਨਾਲ ਹੀ ਲੈ ਗਈ ਹੋ ਅੱਖੀਆਂ ਨੂੰ ਜਗਰਾਤੇ ਦੇਗੀ ਖੁਸ਼ੀਆਂ ਮੇਰੀਆਂ ਨਾਲ ਹੀ ਲੈ ਗਈ ਉਹਨੇ ਜੋ ਜੋ ਸੁਪਨੇ ਤੋੜੇ ਹੋਏ ਉਹਨੇ ਜੋ ਜੋ ਸੁਪਨੇ ਤੋੜੇ ਉਹ ਮੈਂ ਸਾਰੇ ਗਿਣਦਾ ਆ ਉਹ ਡਾਲਰ ਗਿਣਦੀ ਏ ਤੇ ਮੈਂ ਤਾਰੇ ਗਿਣਦਾ ਆ ਉਹ ਡਾਲਰ ਗਿਣਦੀ ਏ ਤੇ ਮੈਂ ਤਾਰੇ ਗਿਣਦਾ ਆ ਗਿਣਦੀ ਹੋਈ ਉਹਨੂੰ ਪਤਾ ਹੋਗਾ ਇੰਗਲਿਸ਼ ਦਾ ਵਰਡ ਹੈ ਐਕਸ ਈ ਆਰ ਓ ਐਕਸ ਠੀਕ ਪ੍ਰੋਨਸ ਕਰੋ ਐਕਸਰਸ ਐਕਸਰਸ ਹੇ ਥੈਂਕ ਯੂ ਸੋ ਮਚ ਆਪ ਕੋਈ ਕੁਝ ਪਰਫਾਰਮ ਨਾ ਹੀ ਲਾ ਸਪੋਰਟਸ ਵਾਲਾ ਸਪੋਰਟਸ ਮੈਨ ਹੁੰਦਾ ਹਾਂਜੀ ਫੁੱਟਬਾਲ ਲੈ ਕੇ ਦੇਈ ਦਿੰਦੇ ਨਾ ਜੀ ਕੀ ਖੇਡ ਕੀ ਖੇਡਦੇ ਹੋ ਮੈਂ ਸਰ ਕ੍ਰਿਕਟ ਕ੍ਰਿਕਟ ਖੇਡਦੇ ਹੋ ਹਾਂਜੀ ਕ੍ਰਿਕਟ ਲਈ ਗਰਾਊਂਡ ਵਿੱਚ ਲੰਬਾ ਚਾਹੀਦਾ ਹੈ ਥੋੜਾ ਇੱਥੇ ਜਣਾ ਬਹੁਤ ਜ਼ਿਆਦਾ ਲੰਬਾ ਚਾਹੀਦਾ ਮੈਂ 20 ਵੀ ਪਿਆ ਹੈ ਗਿੱਲੇ ਨੂੰ ਅੱਛਾ ਗਿੱਲੇ ਨੇ ਅੱਜ ਕੱਲ੍ਹ ਕ੍ਰਿਕਟ ਬੰਦ ਹੋਣੀ ਹੈ ਕ੍ਰਿਕਟ ਹਾਂਜੀ ਬੰਦ ਹੈ ਦੁੱਖ ਹੋ ਰਿਹਾ ਦੁੱਖ ਨਹੀਂ ਹੁਣ ਨਾਲੇ ਸਟੈਂਡਰਡ ਪੇਪਰਾਂ ਨਾਲ ਬਸ ਚੱਪੜਾਈ ਕੀ ਹੁੰਦਾ ਪ੍ਰੋਨਾਊਂਸ ਕਰਦਾ ਸਹੀ ਜ਼ੈਰੋਕਸ ਨਹੀਂ ਜ਼ੈਰੋਕਸ ਮੈਂ ਸੁਣਿਆ ਕਹਿੰਦੇ ਟੀਚਰ ਜ਼ੈਰੋਕਸ ਹੁੰਦਾ ਕੀ ਹੈ ਵੈਸੇ ਐਕਚੁਅਲ ਚ ਕੀ ਹੈ ਉਹ ਕਹਿੰਦੇ ਨਹੀਂ ਹੁੰਦੇ ਕਿ ਜ਼ੈਰੋਕਸ ਕਾਪੀ ਜ਼ੈਰੋਕਸ ਕਾਪੀ ਸਾਰੇ ਜ਼ੈਰੋਕਸ ਕਾਪੀ ਕਹਿੰਦੇ ਵੈਸੇ ਜ਼ੈਰੋਕਸ ਕਾਪੀ ਵੀ ਨਹੀਂ ਹੁੰਦੀ ਹੋਰ ਕੀ ਸਾਰੇ ਕਹਿੰਦੇ ਇਹਨੂੰ ਦੱਸ ਕੇ ਜਾਊਗਾ ਬਾਅਦ ਵਿੱਚ ਅੱਛਾ ਬਾਅਦ ਚੋਂ ਦੱਸੋ ਚਲੋ ਥੈਂਕ ਯੂ ਬਾਈ ਆਓ ਜੀ ਤੁਸੀਂ ਆਜੋ ਆਜੋ ਸਤਿ ਸ਼੍ਰੀ ਅਕਾਲ ਠੀਕ ਠਾਕ ਹੋ ਤੁਹਾਨੂੰ ਗਰਮੀ ਬਹੁਤ ਲੱਗ ਰਹੀ ਹੈ ਹਾਂਜੀ ਲੱਗ ਰਹੀ ਪਈ ਹੈ ਨਾ ਮੇਰੇ ਤੇ ਗੁੱਸਾ ਆ ਰਿਹਾ ਨਹੀਂ ਨਹੀਂ ਆ ਰਿਹਾ ਪੱਕੀ ਗੱਲ ਹੈ ਹਾਂਜੀ ਗਾਣਾ ਸੁਣਾਓਗੇ ਕੋਈ ਨਹੀਂ ਰੋਟੀਆਂ ਕਿੰਨੇ ਖਾ ਗਏ ਅੱਜ ਨਹੀਂ ਜਿੰਨਾ ਕਿੱਦਾਂ ਦੁਖੀ ਹੋ ਗਈ ਰਾਤ ਦੀ ਚਿੰਤਾ ਕਰ ਲੈਂਦੀ ਆ ਮੈਂ ਜਾਂ ਤੂੰ ਇਹ ਗੁੱਸੇ ਨਾਲ ਵੇਖਣ ਦੀ ਲੋੜ ਆ ਤੂੰ ਮੈਂ ਮੈਂ ਦੂਰ ਹੀ ਖੜਾ ਮੈਂ ਇਹ ਗੁੱਸੇ ਨਾਲ ਵੇਖੀ ਕੀ ਕਰ ਮਾਈਕ ਆ ਮਾਰਦੀ ਨਹੀਂ ਪੱਕੀ ਗੱਲ ਹੈ ਗੁੱਸੇ ਨਾਲ ਕਰ ਦੇ ਕਹਿੰਦੀ ਨਹੀਂ ਇਹ ਗੁੱਸੇ ਨਾਲ ਦੇਖਿਆ ਜੇ ਮੈਂ ਜੇ ਕਹਿ ਦੂੰ ਕਿ ਅੱਜ ਤੁਸੀਂ ਬੜੇ ਗੁੱਸੇ ਨਾਲ ਦੇਖਿਆ ਕਿਉਂ ਨਹੀਂ ਸਰ ਕੀ ਚੱਲ ਰਿਹਾ ਪੜਾਈ ਕਿੱਦਾਂ ਚੱਲ ਰਹੀ ਕਿੰਨੇ ਕੁ ਟੀਚਰ ਪੇਪਰ ਦੇਣੇ ਪੜ ਲੈਂਦੇ ਆ ਮੇਰੇ ਲੈ ਗਏ ਸਾਰੇ ਬਣਾ ਦੇ ਮੈਂ ਵੀ ਜਦੋਂ ਪੰਜਾਬ ਹੁੰਦੇ ਸੀ ਨਾ ਉਦੋਂ ਇੰਡੈਕਸ ਕੱਢ ਨਾ ਇੰਡੈਕਸ ਕੋਟਾ ਪੜ ਕੇ ਪੁੱਛ ਦਿੰਦੇ ਪਰ ਦੇਖ ਟੌਪ ਕਰਦਾ ਰਿਹਾ ਟੌਪ ਕਰਨਾ ਪਰਫਾਰਮ ਕਰੇਂਗੇ ਕੁਛ ਕੀ ਗੱਲ ਟੋਕ ਦਿਖਾ ਦੇ ਸੱਚੀ ਗੱਲ ਹੋ ਗਈ ਇੱਕ ਬ੍ਰਾਂਡ ਫੋਨ ਦਾ ਗੁਣ ਹੈ ਆਈਡੀਆ ਦੇ ਐਕਸ ਆਈ ਏ ਓ ਐਮ ਆਈ ਪ੍ਰੋਨਾਊਂਸ ਕਰ ਐਕਸ ਆਈ ਏ ਓ ਐਮ ਆਈ ਜੀ ਨੂੰ ਪਤਾ ਉਹ ਬਾਅਦ ਦੱਸੋ ਜ਼ੋਰ ਕਿਉਂ ਉਹ ਜ਼ੋਰ ਐਕਸ ਨਹੀਂ ਹੋਏ ਐਕਸ ਆਈ ਏ ਓ ਐਮ ਆਈ ਆਪਣਾ ਹੀ ਹੈ ਵਧੀਆ ਜੀ ਠੀਕ ਨੇ ਗੱਲਾਂ ਕੋਈ ਵੀ ਪੈਂਦੇ ਸੁਣੀਆਂ ਤੇ ਪੈਂਦੀ ਮੇਰੇ ਤਾਂ ਪੈ ਜਾਏ ਸਿੱਧੀ ਗੱਲ ਕੁੜੀਆਂ ਤੇ ਗੱਲ ਆ ਗਿਆ
ਕੁੜੀਆਂ ਦੇ ਪੈਂਦੇ ਟਾਈਮ ਤਾਂ ਮੇਰੇ ਵੀ ਪੈਂਦੇ ਤੁਹਾਨੂੰ ਦੱਸਿਆ ਨਹੀਂ ਕਦੀ ਕਿਸੇ ਬਸ ਇਹ ਨੋਟਿਸ ਨਹੀਂ ਕਰਿਆ ਕਿਸੇ ਨੇ ਕਿੱਥੋਂ ਬਿਲੋਂਗ ਕਰਦਾ ਮੈਂ ਜਨਮ ਉਰੀ ਹੋਏ ਬਠਿੰਡੇ ਹੋਏ ਮੈਂ ਕਿਤੇ ਉਰੇ ਹੋਇਆ ਉਰੇ ਬਠਿੰਡੇ ਤੇ ਇਹ ਉਰੇ ਤਾਂ ਪਟਿਆਲਾ ਉਰੇ ਬਾਈ ਡੈਡੀ ਦੇ ਡੇਟਾ ਉਹ ਹੋਈ ਟ੍ਰਾਂਸਫਰ ਹੋ ਗਈ ਡੈਡੀ ਟ੍ਰਾਂਸਫਰ ਹੋ ਗਈ ਡੈਡੀ ਕਿੱਥੇ ਨੇ ਪੰਜਾਬ ਪੁਲਿਸ ਨੇ ਗਲਤ ਪੰਗਾ ਲੈ ਲਿਆ ਭਾਜੀ ਉਹਨਾਂ ਵੱਲ ਚਲਾਨ ਕੱਟੇ ਜੇ ਰਾਹ ਚੱਲ ਜਾਂਦੇ ਡੈਡੀ ਡਾਂਟਦੇ ਹੁੰਦੇ ਡਾਂਟਦੇ ਸਾਰਿਆਂ ਦੇ ਡਾਂਟਦੇ ਸੀ ਕਿਸੇ ਨਹੀਂ ਦਾ ਡੈਡੀ ਉਹ ਸਾਰਾ ਡਾਂਟਦਾ ਸਾਡਾ ਜਟਾਲਾ ਸਾਡਾ ਸਾਨੂੰ ਸਾਡਾ ਪੁਲਿਸਾਂ ਦਾ ਹਿਸਾਬ ਤਾਂ ਪਤਾ ਨਹੀਂ ਕਿਵੇਂ ਡਾਂਟਦੇ ਨਾ ਜੀ ਕਹਿ ਸਕਦਾ ਕਿਦਾਂ ਡਾਂਟਦੇ ਬਸ ਕਿ ਹੁੰਦਾ ਹੀ ਸਾਰੇ ਬੈਠੇ ਹੁੰਦੇ ਫੋਨ ਚਲਾ ਰਹੇ ਹੁੰਦੇ ਕਹਿੰਦੇ ਪੜ੍ਹ ਲਿਆ ਕਰ ਕਦੇ ਤੂੰ ਪੜ੍ਹਦਾ ਨਹੀਂ ਪੜ੍ਹਦਾ ਸਰ ਪੜ੍ਹਦੇ ਹੈ ਜੀ ਦਗਿਦਾ ਕਿਹੜਾ ਜਿੰਨੇ ਘੰਟੇ ਪੜ੍ਹ ਲਓ ਉਹਨੇ ਘੰਟੇ ਕਈ ਵਾਰੀ ਇਹ ਵੀ ਹੁੰਦਾ ਨਾ ਬੰਦਾ ਦੋ ਘੰਟੇ ਪੜ੍ਹਦਾ ਰਹੇ ਕਰਦਾ ਕੋਈ ਨਹੀਂ ਦੇਖਦਾ ਇੱਕ ਨਿਕਲੀ ਫੋਨ ਚੱਕਿਆ ਘਰ ਦੇ ਉੱਤੇ ਪੰਗਾ ਪੈ ਜਾਂਦਾ ਨਾ ਹਾਂਜੀ ਉਹ ਮੈਂ ਹੁਣੇ ਹੀ ਚੱਕਿਆ ਸੀ ਫੋਨ ਫਿਰ ਕਦੀ ਜੂਤ ਫਿਰਿਆ ਜੂਤ ਬਾਪ ਨੇ ਕਰੀ ਮੇਰੇ ਮਾਂ ਦਾ ਨਹੀਂ ਆਏ ਮੰਮੀ ਦਾ ਪਿਆਰ ਹੈ ਨਾ ਉਹ ਘਿਓ ਦੀਆਂ ਨਾਲਾਂ ਹੁੰਦੀ ਮੰਮੀ ਕਹਿੰਦੇ ਦੇਸੀ ਘਿਓ ਮੁੰਡਿਆਂ ਨੂੰ ਖਵਾਉਂਦੀ ਹੈ ਉਹ ਦੇਸੀ ਘਿਓ ਹੀ ਸਮਝਿਆ ਕਰ ਜਾ ਕੇ ਲੈ ਲਿਆ ਕਰ ਦੋ ਤਿੰਨ ਵਾਰ ਨਾ ਜੀ ਕੋਈ ਚੱਕਰ ਨਹੀਂ ਹੁੰਦਾ ਲੈ ਲਈ ਬੰਦਾ ਵੈਸੇ ਦੇਸੀ ਘਿਓ ਤੁਸੀਂ ਕਿੱਥੋਂ ਅਸੀਂ ਨੇਪਾਲ ਨੇਪਾਲ ਤੋਂ ਮੈਂ ਤੇਰੀ ਅੱਖਾਂ ਨੂੰ ਹਿਸਾਬ ਲਾਈ ਜਾਂਦਾ ਮੈਂ ਕਿਹਾ ਬੰਦਾ ਪੰਜਾਬ ਦਾ ਮੈਂ ਕਿਹਾ ਬਾਬੂ ਕਰ ਲਿਆ ਜਾ ਅੱਛਾ ਨੇਪਾਲ ਦਾ ਵੀ ਤੁਹਾਡਾ ਖਾਸ ਕੀ ਹੈ ਡਾਂਸ ਕਿਹੜਾ ਡਾਂਸ ਕਰਦੇ ਆ ਗਾਣਾ ਕਿੱਦਾਂ ਦਾ ਹੀ ਲੈਂਗੁਏਜ ਹੈ ਕੀ ਹਿਸਾਬ ਦਾ ਲੈਂਗੁਏਜ ਜੀ ਹਿੰਦੀ ਹੈ ਵੀ ਹਿੰਦੀ ਓਕੇ ਉੱਥੋਂ ਕੋਈ ਟ੍ਰੈਡੀਸ਼ਨ ਤੁਹਾਡਾ ਵਧੀਆ ਜਿਹੜਾ ਤੁਸੀਂ ਦੱਸ ਸਕਦੇ ਟ੍ਰੈਡੀਸ਼ਨਲ ਜੀ ਮੈਂ ਰਿਹਾ ਜੀ ਉੱਥੇ ਮੈਂ ਬਹੁਤ ਘੁੰਮਣ ਜਾਂਦੀ ਹੁੰਦਾ ਮੇਰੇ 15 ਦਿਨ ਬਸ ਬਹੁਤ ਜ਼ਿਆਦਾ ਵਧੀਆ ਕੀ ਚੀਜ਼ ਲੱਗਦੀ ਹੈ ਇੱਧਰ ਪੰਜਾਬ ਵਾਲੇ ਵਧੀਆ ਲੱਗਦੇ ਆ ਜਾਂ ਬਾਹਰ ਜਾ ਕੇ ਵਧੀਆ ਸ਼ਿੰਦੂ ਤੋਂ ਇਹ ਵੀ ਰਹਿੰਦਾ ਤੇ ਤਾਈ ਵਧੀਆ ਲੱਗਦੇ ਆ ਤਾਈ ਵਧੀਆ ਲੱਗਦੇ ਪੰਜਾਬੀ ਦੇ ਇੱਧਰ ਰੱਖ ਲਈ ਤੂੰ ਤੇ ਬਹੁਤ ਅੱਛਾ ਜੀ ਐਕਸ ਆਈ ਕੇ ਸ਼ੌਮੀ ਹੈ ਸ਼ੌਮੀ ਸ਼ੌਮ ਹਾਂ ਮੁੰਡੇ ਦਾ ਸਹੀ ਹੈ ਇੱਕ ਰੱਤੀ ਕਰ ਦੋ ਮੁੰਡੇ ਸ਼ੌਮੀ ਹੁੰਦਾ ਠੀਕ ਹੈ ਥੈਂਕ ਯੂ ਸੋ ਮਚ ਪਟਿਆਲੇ ਤੋਂ ਪਟਿਆਲੇ ਦੀ ਇੱਕ ਖਾਸ ਚੀਜ਼ ਜਿਹੜੀ ਸਭ ਤੋਂ ਬਹੁਤ ਜ਼ਿਆਦਾ ਫੇਮਸ ਹੈ ਤੁਸੀਂ ਪਟਿਆਲੇ ਜਾਂਦੇ ਹੋ ਦੱਸਣੀ ਇੱਕ ਹੀ ਆਇਆ ਜੀ ਭਲਾ ਦਾਤੀ ਜਰੋ ਦਾਤੀ ਜਿਹੜੀ ਸਭ ਤੋਂ ਜ਼ਿਆਦਾ ਮਤਲਬ ਪੂਰੇ ਵਰਲਡ ਦੇ ਵਿੱਚ ਫੇਮਸ ਹੈ ਪਟਿਆਲੇ ਮਾਸਟਰ ਸ਼ੀਸ਼ ਮਹਿਲ ਸ਼ੀਸ਼ ਮਹਿਲ ਤਾਂ ਹੈਗਾ ਮੈਂ ਵੈਸੇ ਗੱਲ ਕੀਤੀ ਸੀ ਸੱਭਿਆਚਾਰ ਦੀ ਜਿੱਦਾਂ ਚਲੋ ਉਹ ਵੀ ਤੁਹਾਡੀ ਬੜੀ ਵਧੀਆ ਗੱਲ ਆਪਣੀ ਸ਼ੀਸ਼ੀ ਨਾਲ ਦੱਸਿਆ ਨਾ ਚਲੋ ਹੁਣ ਸੱਭਿਆਚਾਰ ਦਾ ਗੱਲ ਲੈ ਸੱਭਿਆਚਾਰ ਪੰਜਾਬੀ ਸੱਭਿਆਚਾਰ ਦੇ ਵਿੱਚ ਪੰਜਾਬੀ ਕਲਚਰ ਦੇ ਵਿੱਚ ਸਭ ਤੋਂ ਫੇਮਸ ਚੀਜ਼ ਪਟਿਆਲੇ ਦੀ ਕੀ ਹੈ ਇੱਕ ਵਾਰ ਹੀ ਦੱਸਣਾ ਦੂਜਾ ਹੀ ਦੱਸਣਾ ਗਾਣੇ ਵੀ ਬੜੇ ਬਣੇ ਉਹਦੇ ਤੇ ਇੰਨਾ ਵੱਡਾ ਹਿੱਟ ਦਿੱਤਾ ਪਟਿਆਲਾ ਪੱਗ ਪਟਿਆਲਾ ਸ਼ਾਹੀ ਪੱਗ ਹੈਗੀ ਆ ਪਟਿਆਲਾ ਸ਼ਾਹੀ ਪੱਗ ਉਹ ਤਾਂ ਨਹੀਂ ਆਉਂਦੀ ਸੋ ਸਤਿ ਸ਼੍ਰੀ ਅਕਾਲ ਕਦੀ ਇਦਾਂ ਹੋਇਆ ਵੀ ਰੋਟੀ ਪੁੱਛਿਆ ਕਿ ਖਾਏਗੀ ਜੁੱਤੀ ਨਹੀਂ ਸ਼ੇਅਰਿੰਗ ਕਰਦੇ ਆ ਸ਼ੇਅਰਿੰਗ ਕਰ ਲੈਣੇ ਤੁਹਾਡੇ ਦੋਸਤ ਇੱਕ ਡਰਦਾ ਕੌਣ ਜ਼ਿਆਦਾ ਕੋਈ ਨਹੀਂ ਕੋਈ ਨਹੀਂ ਡਰਦਾ ਲੜਦੇ ਕਿੰਨਾ ਨਾ ਲੜਦੇ ਵੀ ਕਾਫੀ ਨੇ ਬਹੁਤ ਜ਼ਿਆਦਾ ਮੈਨੂੰ ਪਤਾ ਸੀ ਜਿਹੜੀਆਂ ਕੁੜੀਆਂ ਬੈਸਟ ਹੁੰਦੀਆਂ ਲੜਦੀਆਂ ਬਹੁਤ ਨਹੀਂ ਅੱਛਾ ਪਟਿਆਲੇ ਦਾ ਸਭ ਤੋਂ ਫੇਮਸ ਹੈ ਰੇਸ਼ਮੀ ਕਾਲੇ ਯਾਦ ਰੱਖਣਾ ਤੁਸੀਂ ਪਟਿਆਲੇ 'ਚ ਰਹਿੰਦੇ ਹੋ ਪੂਰੇ ਵਰਲਡ ਦੇ ਵਿੱਚ ਫੇਮਸ ਨੇ ਇਹਦੇ ਉੱਪਰ ਗਾਣੇ ਵੀ ਬਣਿਆ ਜਿੱਦ ਬਾਈ ਜੇ ਚੱਲਿਓ ਪਟਿਆਲੇ ਉੱਪਰ ਲਿਆਵੀ ਵੇ ਰੇਸ਼ਮੀ ਨਾਲੇ ਤਾਂ ਹੀ ਬਣਿਆ ਸੀਗਾ ਠੀਕ ਹੈ ਜੀ ਸੋ ਤੁਸੀਂ ਇੰਜੋਏ ਕਰਦੇ ਹੋ ਆਪਣਾ ਫੇਵਰੇਟ ਸ਼ੋਅ ਮਸਤੀ ਕੈਂਪਸ ਦੀ ਸਾਡੇ ਸਪਾਂਸਰ ਹੈ ਜੀ ਬ੍ਰਿਲਸ ਇੰਸਟੀਚਿਊਟ ਮੈਂ ਪਹੁੰਚਿਆ ਹੋਇਆ ਜੀ ਪੁਲਿਸ ਡੀਏ ਪਬਲਿਕ ਸਕੂਲ ਪਟਿਆਲਾ ਦੇ ਵਿੱਚ ਤੁਸੀਂ ਕਿਤੇ ਨਾ ਮਿਲਦੇ ਆ ਛੋਟੇ ਜਿਹੇ ਬ੍ਰੇਕ ਦਵਾ ਮਸਤੀ ਕੈਂਪਸ ਦੀ ਪਹਿਲਾਂ ਤਾਂ ਅੰਗਰੇਜ਼ੀ ਅਖਬਾਰ ਨੂੰ ਦੇਖ ਕੇ ਵੀ ਲੱਗਦਾ ਸੀ ਡਰ ਪਰ ਹੁਣ ਤਾਂ ਆਪਾਂ ਪੜ੍ਹੀਦਾ ਅੰਗਰੇਜ਼ੀ ਅਖਬਾਰ ਨਜ਼ਾਰੇ ਨਾਲ ਕਿਉਂਕਿ ਬ੍ਰਿਲਸ ਐਕਸਪ੍ਰੈਸ ਨੇ ਬਣਾ ਦਿੱਤਾ ਹੈ ਅੰਗਰੇਜ਼ੀ ਅਖਬਾਰ ਨੂੰ ਪੜ੍ਹਨਾ ਬਹੁਤ ਹੀ ਆਸਾਨ ਬ੍ਰਿਲਸ ਐਕਸਪ੍ਰੈਸ ਦੁਨੀਆ ਦਾ ਪਹਿਲਾ ਐਸਾ ਅਖਬਾਰ ਜਿਸ ਵਿੱਚ ਹਰੇਕ ਖਬਰ ਦੇ ਨਾਲ ਛਪਦੀ ਹੈ ਉਸਦੀ ਹਿੰਦੀ ਟ੍ਰਾਂਸਲੇਸ਼ਨ ਬ੍ਰਿਲਸ ਐਕਸਪ੍ਰੈਸ ਪੜ੍ਹੋ ਅੰਗਰੇਜ਼ੀ ਖਬਰਾਂ ਹਿੰਦੀ ਟ੍ਰਾਂਸਲੇਸ਼ਨ ਦੇ ਨਾਲ Brills Institute, a pioneer institute in the region for IELTS and English speaking. Brills Institute has carved a niche for itself with the help of state-of-the-art infrastructure and the best faculty. Brills Institute has shown remarkable results. Brills Institute has been frequently awarded by the British Council and the IDP as business partner. Brills Institute has a dedicated dream to serve the student fraternity for times to come. Brills Institute, opposite street number 11, Ajit Road, Bathinda.
Brills Institute, New Leela Pavan, Patiala. English akhbar padhna humko na aata. English akhbar padhna sabko sikhata. Pigeon kabutar udan phalai. Look dekho aasman sakai. English ki har khabar hindi mein banata. Sabko akhbar padhna ye hai sikhata. Brills Express, English ki har khabar hindi translation ke saath. कैंपस दी पापा हमेशा ही ख्याल रखते हैं मेरा। अच्छा मम्मी ख्याल रखते हैं? मम्मी भी रखते हैं। नहीं आज मम्मी नहीं बताते ना मम्मी जी। पापा ही साड़ी इंसान के आती है ना आज। आज आज तो रोटी बन देती है। पापा ज़्यादा रखते हैं पापा सबसे ज़्यादा लाड करते हैं के कुड़ियाँ नू। ठीक है। वो सारे फादर हैं सामने। हाँ जी। ते मम्मा? मम्मा भी करते हैं के। मम्मा फिर कुत्ता कौन है मम्मी के? सही बस। मम्मी होंगे। मम्मी को? मम्मी डांटते हैं। मम्मी डांटते हैं। क्या करा? पढ़ाई पिछो ही। तुझे पढ़ते क्यों? डांटते क्यों? ਡਾਂਟੇ ਤਾਂ ਹੁੰਦੇ ਨੇ ਕਿ ਵੇਖ ਵੀ ਰੱਖੀ ਡਾਂਟਣ ਕੇ ਤਾਂ ਹੋਰ ਕੰਮ ਜੇ ਮੈਂ ਪੜ੍ਹਦੇ ਆ ਫਿਰ ਤਾਂ ਮੈਨੂੰ ਨਹੀਂ ਡਾਂਟਦੇ ਜੇ ਮੈਂ ਪੜ੍ਹਦਾ ਨਹੀਂ ਮੈਨੂੰ ਅਜੇ ਤੱਕ ਕਦੇ ਨਹੀਂ ਡਾਂਟਿਆ ਪੜ੍ਹਾਈ ਤੋਂ ਡਾਂਟਦੇ ਤਾਂ ਹੈਗੇ ਨੇ ਨੰਬਰ ਘੱਟ ਆਉਂਦੇ ਆ ਮਾਸੂਮੀਅਤ ਲੁੱਟ ਜੇ ਗਈ ਹਾਸਾ ਉੱਡ ਜੂ ਚਿਹਰੇ ਤੋਂ ਤੂੰ ਯਾਰੀ ਤਾਂ ਲਾਵੀ ਜੇ ਨਿਭੂਗੀ ਤੇਰੇ ਤੋਂ ਸਾਂਭ ਵੀ ਨਹੀਂ ਹੋਣਾ ਦਿਲ ਟੁੱਟਿਆ ਮੇਰੇ ਤੋਂ ਰੱਬ ਕਰੇ ਮਨਜ਼ੂਰ ਇੱਕੋ ਗੱਲ ਅਸੀਂ ਚਾਹੀਏ ਨੀ ਤੂੰ ਅੱਖਾਂ ਸਾਵੇਂ ਹੋਵੇਂ ਜਦੋਂ ਦੁਨੀਆ ਤੋਂ ਜਾਈਏ ਇਸ ਜਨਮ 'ਚ ਸਾਨੂੰ ਮਨਜ਼ੂਰ ਪੋਟਾ ਪੋਟਾ ਹੋਣਾ ਨੀ ਤੂੰ ਪੋਟਿਆਂ ਨੂੰ ਗਿਣੇ ਤੇ ਅਸੀਂ ਪੋਟਿਆਂ 'ਚ ਹੋਣਾ ਤੇ ਅਸੀਂ ਪੋਟਿਆਂ 'ਚ ਹੋਣਾ ਮਨ ਵਿੱਚ ਵੱਸਦਾ ਸੱਜਣਾ ਓਏ ਰਹਿਣਾ ਅੱਖੀਆਂ ਤੋਂ ਦੂਰ ਤੂੰ ਕੀ ਜਾਣੇ ਸੱਜਣਾ ਮੈਂ ਇੱਥੇ ਕਿੰਨੀ ਮਜਬੂਰ ਮਨ ਵਿੱਚ ਵੱਸਦਾ ਆਪ ਕਾਹਦਾ ਸੀ ਤੂੰ ਆਉਣਾ ਜਾ ਕੇ ਖੱਤ ਵੀ ਨਾ ਪਾਇਆ ਸਾਨੂੰ ਭੁੱਲ ਜਾਣ ਵਾਲ ਆਵੇ ਜਾਵੇ ਨਾ ਭੁਲਾਇਆ ਮੈਂ ਵੀ ਰੋਵਾਂ ਰੋਂਦਾ ਤੇ ਤੂੰ ਵੀ ਹੋਵੇਂਗਾ ਜ਼ਰੂਰ ਤੂੰ ਕੀ ਜਾਣੇ ਸੱਜਣਾ ਮੈਂ ਇੱਥੇ ਕਿੰਨੀ ਮਜਬੂਰ ਮਨ ਵਿੱਚ ਵੱਸਦਾ ਥੈਂਕ ਯੂ ਕੀ ਬਾਤ ਹੈ ਬਸ ਹੀ ਵੈਸੀ
ਆਪਣੇ ਜੱਟਾਂ ਦੇ ਫਿਰ ਬਾਹਲ ਹੀ ਹੁੰਦੇ ਨੇ ਪੰਜਾਬ ਪੁਲਿਸ ਡੈਡੀ ਤਾਂ ਹੀ ਬਣੂ ਫੇਸ ਕੀਤੀ ਹੈ ਜਾਂ ਕੁਛ ਵੀ ਸਟੱਡੀ ਪੱਖੋਂ ਜਾਂ ਕੋਈ ਹੋਰ ਵੀ ਉਹ ਹਮੇਸ਼ਾ ਮੇਰੇ ਨਾਲ ਰਹੇ ਨੇ ਹਮੇਸ਼ਾ ਮੇਰੇ ਸਾਥ ਕਿਵੇਂ ਟੀਚਰਸ ਤੋਂ ਜਾਂ ਸੁਪਜੀਤ ਨਹੀਂ ਸਰ ਡਰ ਨਹੀਂ ਹੈ ਆਈ ਥਿੰਕ ਉਹ ਗਰਲਸ ਜਾਂ ਬੋਇਸ ਦੇ ਖੜੇ ਆ ਰਿਸਪੈਕਟ ਆ ਵੀ ਜਿੱਦਾਂ ਮੇਰੀ ਡਿਊਟੀ ਹੈ ਡਿਸਿਪਲਿਨ ਚੈੱਕ ਕਰਨਾ ਇਹਨਾਂ ਦਾ ਕਿ ਮਿੰਟ ਤੋਂ ਪਹਿਲਾਂ ਇਹ ਕਲਾਸ ਤੋਂ ਬਾਹਰ ਨਾ ਹੋਣ ਜਿੱਦਾਂ ਬੈਲ ਹੋਈ ਜਾਂ ਕੁਛ ਇਹਨਾਂ ਨੇ ਇਹ ਹੁੰਦਾ ਕਿ ਸੁਜੀਤ ਮੈਮ ਕੋਰੀਡੋਰ 'ਚ ਹੈ ਚਲੋ ਅੰਦਰ ਸੁਜੀਤ ਮੈਮ ਨਹੀਂ ਹੈ ਤਾਂ ਚਲੋ ਬਾਹਰ ਬਸ ਇਹ ਡਰ ਪਰ ਫਿਰ ਵੀ ਡਰ ਦੇ ਥਰੂ ਤਾਂ ਹੈ ਨਾ ਨਹੀਂ ਨਹੀਂ ਸਰ ਵੈਸੇ ਵੀ ਅਲਾਊਡ ਨਹੀਂ ਹੈ ਸਰ ਹੁਣ ਤਾਂ ਕਹਿੰਦੇ ਹੁੰਦੇ ਹੱਥ ਹੁੱਥ ਚੁੱਕਣਾ ਉਹ ਪਹਿਲੇ ਟਾਈਮ ਸਾਡੇ ਟਾਈਮ ਸੀਗੇ ਹਾਂਜੀ ਹੁਣ ਤਾਂ ਇਹਨਾਂ ਨੂੰ ਬੱਚਿਆਂ ਨੂੰ ਜਿੰਨਾ ਪਿਆਰ ਨਾਲ ਸਮਝਾ ਸਕੀਏ ਆਈ ਥਿੰਕ ਉਹ ਹੀ ਬੈਟਰ ਆ ਕਹਿਣਾ ਮੁਰਗੇ ਬਣਾਓ ਸਪੈਸ਼ਲੀ ਮੁੰਡਿਆਂ ਨੂੰ ਮੁੰਡਿਆਂ ਨੂੰ ਤਾਂ ਮੁਰਗੇ ਤੋਂ ਆਈ ਥਿੰਕ ਨੇੜੇ ਤੇ ਉਹ ਕਹਿੰਦੇ ਹੁੰਦੇ ਤੂਤ ਦੀ ਛੱਟੀ ਤੋਂ ਇਲਾਵਾ ਕਹਿੰਦੇ ਹੁੰਦੇ ਗਰਲਸ ਲਈ ਸੌਫਟ ਕਾਰਨਰ ਹੁੰਦਾ ਸੀਗਾ ਬਟ ਹੁਣ ਸਾਡੇ ਲਈ ਤਾਂ ਜਿਹੜੀ ਬੋਇਸ ਆ ਤੁਹਾਡੇ ਸਾਹਮਣੇ ਖੜੇ ਜਾਣ ਪੁੱਛ ਸਕਦੇ ਬਸ ਇਹ ਹੁੰਦਾ ਕਿ ਹਾਂ ਬੇਟੇ ਕਲਾਸਾਂ ਅਟੈਂਡ ਕਰੋ ਮਤਲਬ ਮੈਨੂੰ ਲੱਗਦਾ ਹੁੰਦਾ ਕਿ ਸਾਡੀ ਜ਼ਿੰਮੇਵਾਰੀ ਇਹਨਾਂ ਨੂੰ ਸਮਝਾਉਣ ਦੀ ਕਿ ਇਹ ਟਾਈਮ ਜੇ ਅੱਗੇ ਨਿਕਲ ਗਿਆ ਅੱਗੇ ਨਹੀਂ ਆਉਣਾ ਕਿਉਂਕਿ ਮੈਕਸੀਮਮ ਸਾਡੇ ਬੱਚੇ ਚਾਹੁੰਦੇ ਆ ਆਇਲਸ ਕਲੀਅਰ ਕਰਨਾ ਜਾਣਾ ਅਬਰੋਡ ਆ ਪਰੰਤੂ ਸੀਰੀਅਸ ਜੇ ਹੋ ਜਾਈਏ ਤਾਂ ਬਹੁਤ ਅੱਛਾ ਹੈ ਬਟ ਕਈ ਜਦੋਂ ਸੀਰੀਅਸ ਨਹੀਂ ਹੁੰਦੇ ਫਿਰ ਥੋੜ੍ਹਾ ਜਿਹਾ ਲੱਗਦਾ ਇਹਨਾਂ ਨੂੰ ਕਿ ਹਾਂ ਮੈਮ ਸਟ੍ਰਿਕਟ ਹੋ ਗਏ ਜਿਹੜੇ ਸੀਰੀਅਸ ਵੀ ਦੋ ਪਿੱਛੇ ਭਾਈ ਖੜਾ ਹੋ ਹੁਣ ਕਹਿੰਦਾ ਵਿਆਹ ਕਰਾਂਗੇ ਉਹ ਵੀ ਲੱਭ ਲੈਣੀ ਜਾਣਾ ਆ ਬਟ ਪੜ੍ਹਨਾ ਨਹੀਂ ਬਸ ਇਹ ਸਰ ਹੁੰਦਾ ਹੈ ਹੋਰ ਅਦਰਵਾਈਜ਼ ਠੀਕ ਹੈ ਇੱਕ ਵਾਰਡ ਪੁੱਛਿਆ ਸੀ ਮੈਂ ਐਕਸ ਸੀ ਆਰ ਐਕਸ ਜ਼ੇਰੋਕਸ ਕੀ ਹੁੰਦਾ ਫੋਟੋਕਾਪੀ ਫੋਟੋਕਾਪੀ ਨਹੀਂ ਹੁੰਦੀ ਵੈਸੇ ਸਾਰੇ ਫੋਟੋਕਾਪੀ ਨੂੰ ਜ਼ੇਰੋਕਸ ਕਹਿੰਦੇ ਆ ਜ਼ੇਰੋਕਸ ਤੇ ਜ਼ੇਰੋਕਸ ਕੀ ਹੋਰ ਚੀਜ਼ ਹੈ ਹੋ ਸਕਦਾ ਕੋਈ ਉਸਦੀ ਬਿਲਕੁਲ ਫਿਜ਼ੀਕਲ ਫਾਰਮ ਦੇ ਵਿੱਚ ਜਿਵੇਂ ਉਸਦੀ ਸ਼ੇਪ ਹੈ ਮਤਲਬ ਉਸਦੀ ਜੋ ਵੀ ਉਹ ਐਕਚੁਅਲ ਚ ਹੈ ਮਤਲਬ ਬਿਲਕੁਲ ਵੈਸੀ ਹੀ ਪਾਪਾ ਮੰਮਾ ਦਾਦਾ ਜੀ ਤੇ ਸਿਸਟਰ ਦਾਦਾ ਜੀ ਜਾ ਕੇ ਪੁੱਛਣਾ ਆ ਕਿ ਆਪਣੇ ਪਿੰਡ ਦਾ ਨਾਮ ਲਚਕਾਣੀ ਕਿਉਂ ਰੱਖਿਆ ਗਿਆ ਠੀਕ ਹੈ ਫਿਰ ਆ ਕੇ ਤੁਹਾਨੂੰ ਦੱਸਣਾ ਹੈ ਕੋਲੇ ਦੱਸਣ ਦਾ ਦੇਗੇ ਜਾਂ ਮੈਨੂੰ ਡਾਇਰੈਕਟ ਦੱਸ ਦੇ ਠੀਕ ਹੈ ਓਕੇ ਸਰ ਇੱਕ ਵਾਰ ਪੁੱਛਣਾ ਮੈਂ ਸਾਰੇ ਜ਼ੇਰੋਕਸ ਕਹਿ ਰਹੇ ਆ ਜ਼ੇਰੋਕਸ ਹੁੰਦਾ ਕੀ ਹੈ ਉਹ ਕਿਹੜਾ ਹੁੰਦਾ ਕੀ ਹੈ ਠੀਕ ਹੈ ਡੁਪਲੀਕੇਟ ਕਾਪੀ ਨਹੀਂ ਹੁੰਦੀ ਕੁਝ ਹੋਰ ਹੁੰਦਾ ਬਾਰੀ ਬਰਸੀ ਖਟਣ ਗਿਆ ਸੀ ਖਟ ਕੇ ਲਿਆਂਦੀਆਂ ਢਾਈਆਂ ਲੰਘ ਗਈ ਤੂੰ ਪੈਰ ਦੱਬ ਕੇ ਕਿਹੜੇ ਕੰਮ ਨੂੰ ਝਾਂਜਰਾਂ ਪਾਈਆਂ ਲੰਘ ਗਈ ਤੂੰ ਪੈਰ ਦੱਬ ਕੇ ਹੋ ਬਾਰੀ ਬਰਸੀ ਖਟਣ ਗਿਆ ਸੀ ਖਟ ਕੇ ਲਿਆਂਦਾ ਲੱਡੂ
ਬਾਰੀ ਬਰਸੀ ਖੱਟਣ ਗਿਆ ਸੀ, ਖੱਟ ਕੇ ਲਿਆਂਦਾ ਲੱਡੂ ਉਹ ਕੱਪੜੇ ਧੋਂਦੀ ਨੂੰ, ਅੱਖ ਮਾਰ ਗਿਆ ਡੱਡੂ ਉਹ ਕੱਪੜੇ ਧੋਂਦੀ ਨੂੰ, ਅੱਖ ਮਾਰ ਗਿਆ ਡੱਡੂ ਉਹ ਕੱਪੜੇ ਧੋਂਦੀ ਨੂੰ। ਤੂੰ ਸੱਜਣਾ ਰੱਬ ਦੇ ਨਾਂ ਵਰਗਾ, ਤੇ ਆਉਂਦੇ ਜਾਂਦੇ ਸਾਂ ਵਰਗਾ, ਹੋ ਤੂੰ ਸੱਜਣਾ ਰੱਬ ਦੇ ਨਾਂ ਵਰਗਾ, ਤੇ ਆਉਂਦੇ ਜਾਂਦੇ ਸਾਂ ਵਰਗਾ, ਹੋ ਤੈਨੂੰ ਪਾਉਣ ਲਈ ਅਸੀਂ ਵੇ ਸੱਜਣਾ, ਤੈਨੂੰ ਪਾਉਣ ਲਈ ਅਸੀਂ ਵੇ ਸੱਜਣਾ, ਕਰ ਕੀ ਨਹੀਂ ਸਕਦੇ ਤੇਰੇ ਬਿਨ ਮਰ ਤਾਂ ਸਕਦੇ ਆ, ਤੇਰੇ ਬਿਨ ਜੀ ਨਹੀਂ ਸਕਦੇ। ਅੱਖ ਤੇ ਬੰਦੂਕ ਦੋਨੇ ਤਾਂ ਕਰਕੇ ਇੱਕ ਠੋਕ ਠੋਕ ਮਸਲੇ ਨਵੇੜੇ ਵੇ, ਆਪ ਤਾਂ ਤੂੰ ਸੋਹਣਿਆ ਵਿਆਰਾ ਨਾਲ ਰਹਿਣਾ, ਚੱਟੀ ਬੁਣ ਬੁਣ ਕੋਟੀਆਂ ਨੂੰ ਦੇੜੇ ਵੇ। ਠੀਕ ਹੈ ਜੀ, ਸੋ ਹੋਪ ਤੁਸੀਂ ਇੰਜੋਏ ਕੀਤਾ ਹੋਣਾ ਆਪਣਾ ਫੇਵਰਿਟ ਸ਼ੋਅ ਮਸਤੀ ਕੈਂਪਸ ਦੀ, ਸਾਡੇ ਸਪੌਂਸਰ ਨੇ ਜੀ ਬ੍ਰਿਲਸ ਸੈਂਸਿਟੀ। ਸੋ ਅੱਜ ਮੈਂ ਪਹੁੰਚਿਆ ਹੋਇਆ ਸੀਗਾ ਜੀ ਪੁਲਿਸ ਡੀਏਵੀ ਪਬਲਿਕ ਸਕੂਲ ਪਟਿਆਲਾ ਦੇ ਵਿੱਚ, ਹੁਣ ਮਿਲਾਂਗੇ ਨਵੀਂ ਜਗ੍ਹਾ ਤੇ ਨਵੇਂ ਬੱਚਿਆਂ ਨਾਲ, ਫਿਰ ਕਰਾਂਗੇ ਬਹੁਤ ਸਾਰੀਆਂ ਮਸਤੀਆਂ। ਮੈਨੂੰ ਤਾਂ ਇਜਾਜ਼ਤ, ਸਤਿ ਸ਼੍ਰੀ ਅਕਾਲ। ਇੰਗਲਿਸ਼ ਅਖਬਾਰ ਪੜ੍ਹਨਾ ਹਮਕੋ ਨਾ ਆਤਾ, ਇੰਗਲਿਸ਼ ਅਖਬਾਰ ਪੜ੍ਹਨਾ ਸਭ ਕੋ ਸਿਖਾਤਾ। ਐਕਸਪ੍ਰੈਸ, ਇੰਗਲਿਸ਼ ਕੀ ਹਰ ਖਬਰ ਹਿੰਦੀ ਟ੍ਰਾਂਸਲੇਸ਼ਨ ਕੇ ਸਾਥ। ਪਹਿਲਾਂ ਤਾਂ ਅੰਗਰੇਜ਼ੀ ਅਖਬਾਰ ਨੂੰ ਦੇਖ ਕੇ ਵੀ ਲੱਗਦਾ ਸੀ ਡਰ, ਪਰ ਹੁਣ ਤਾਂ ਆਪਾਂ ਪੜ੍ਹੀਦਾ ਅੰਗਰੇਜ਼ੀ ਅਖਬਾਰ ਨਜ਼ਾਰੇ ਨਾਲ, ਕਿਉਂਕਿ ਬ੍ਰਿਲਸ ਐਕਸਪ੍ਰੈਸ ਨੇ ਬਣਾ ਦਿੱਤਾ ਅੰਗਰੇਜ਼ੀ ਅਖਬਾਰ ਨੂੰ ਪੜ੍ਹਨਾ ਬਹੁਤ ਹੀ ਆਸਾਨ। ਬ੍ਰਿਲਸ ਐਕਸਪ੍ਰੈਸ ਦੁਨੀਆ ਦਾ ਪਹਿਲਾ ਐਸਾ ਅਖਬਾਰ ਜਿਸ ਵਿੱਚ ਹਰੇਕ ਖਬਰ ਦੇ ਨਾਲ ਛਪਦੀ ਹੈ ਉਸਦੀ ਹਿੰਦੀ ਟ੍ਰਾਂਸਲੇਸ਼ਨ। ਬ੍ਰਿਲਸ ਐਕਸਪ੍ਰੈਸ, ਪੜ੍ਹੋ ਅੰਗਰੇਜ਼ੀ ਖਬਰਾਂ ਹਿੰਦੀ ਟ੍ਰਾਂਸਲੇਸ਼ਨ ਦੇ ਨਾਲ।